بسم اللہ الرحمن الرحیم، السلام علیکم تمام دوستو، تمام ویور، تمام ویکھن والے نو، تمام سبسکرائبر نو خوش آمدید، ویلکم تمام جتنے بھی نویں سبسکرائبر نے ساڈے چینل تے اپنے مویشی منڈی ٹی وی نو ضرور لائک کریا کرو، سبسکرائب کر لو تاکہ تواڈے تک ساڈے سب جانوراں دی ویڈیوز پہنچدی رہن۔ دوستو اے ویڑا فار سیل ہے، اس ٹائم ساڈے ڈیرے تے موجود ہے، ساڈے ملازماں کول ہے ویڑا، وے انہاں دا وی کچھ مال ہے تے اے بندہ وی تساں اگے ویکھدے ویکھیا ہوئے دا جی، ساڈے ڈیرے تے مال لوڈ کردا ہوندا انہاں دا ویڑا جی، تے ماشاءاللہ ویڑا پیارا نے چار دند دے منہ چوں چوگ گیا جی، تے دوستو اے دی رکھن دا وی کونی، عید تک کوئی دیہڑے رکھ وی دین دے جی، اس کسے بھائی نوں چاہیدا ہوئے تے او کوئی مسئلہ نہیں، عید تک اتھے ہی بدھا رہے دا، ਤੁਸੀਂ ਪੇਮੈਂਟ ਕਰ ਦਿਓ ਉਹਦੇ 'ਤੇ। ਉਸ ਤੋਂ ਬਾਅਦ ਮਸਲਨ ਕੋਈ ਲਾਹੌਰ ਜਾਂ ਪਿੰਡੀ ਜਾਂ ਇਸਲਾਮਾਬਾਦ ਜਾਂ ਫੈਸਲਾਬਾਦ, ਸਾਡੇ ਕਿਉਂਕਿ ਸਾਰੇ ਏਰੀਆ 'ਚ ਮਾਲ ਆਉਂਦਾ ਜਾਂਦਾ ਰਹਿੰਦਾ, ਠੀਕ ਹੈ। ਜੇ ਤਾਂ ਕੋਈ ਗੱਡੀ ਦਾ ਉੱਧਰ ਫੇਰਾ ਬਣਿਆ ਤਾਂ ਵੀ ਤੁਹਾਡਾ ਜਾਨਵਰ ਫ੍ਰੀ ਪਹੁੰਚ ਜਾਏਗਾ, ਉਹ ਇਸ ਵਾਸਤੇ ਕਿ ਚਲੋ ਯਾਰ ਇਹਨਾਂ ਦੀ ਹੈਲਪ ਹੋ ਜਾਏ ਜੀ, ਇਹਨਾਂ ਦਾ ਅੱਛਾ ਵੇੜਾ ਵਿਕ ਜੇ। ਉਸ ਤੋਂ ਬਾਅਦ ਕਿ ਰੱਖੀ ਵੇਖਣ ਦੇ ਪੱਠੇ ਛੇਟੇ ਸਾਡੇ ਹੀ ਪੈਂਦੇ ਨੇ, ਕੋਈ ਉਸ ਗੱਲ ਦਾ ਸਾਨੂੰ ਕੋਈ ਨਹੀਂ, ਈਦ ਤੱਕ ਉਹ ਰੱਖਣ ਦੇ, ਸਿਰਫ ਉਹਨਾਂ ਨੂੰ ਪੈਸਿਆਂ ਦੀ ਲੋੜ ਹੈ ਅਤੇ ਉਹਨਾਂ ਦਾ ਜਾਨਵਰ ਚਲੋ ਵਿਕ ਜਾਂਦਾ, ਉਹਨਾਂ ਹੋ ਜਾਂਦੀ ਹੈ। ਅਤੇ ਦੋਸਤੋ ਵੈੜੇ ਦੀ ਕੀਮਤ ਜੇ 1,50,000 ਮੂੰਹ 'ਚੋਂ ਚਾਰ ਦੰਦ ਦੋਸਤੋ, ਅਤੇ ਬਾਕੀ ਖਲੋਤਾ ਰਹੇ ਦਾ ਜਿਸ ਬੰਦਾ ਜਾਂ ਜਿਸ ਭਾਈ ਨੂੰ ਚਾਹੀਦਾ ਹੋਵੇ ਮੇਰੇ ਨਾਲ ਰਾਬਤਾ ਕਰ ਸਕਦਾ, ਠੀਕ ਹੈ। ਅਤੇ ਇਨਸ਼ਾਅੱਲਾ ਕੋਈ ਮਸਲਾ ਨਹੀਂ, ਜੇ ਸਾਡੇ ਕੋਲ ਉੱਥੇ ਰੱਖਣਾ ਹੋਇਆ ਠੀਕ ਹੈ, ਜੇ ਤੁਸੀਂ ਆਪਣਾ ਖੜਨਾ ਹੋਇਆ ਤਾਂ ਵੀ ਲੈ ਜਾਇਓ, ਕੋਈ ਮਸਲਾ ਨਹੀਂ। ਜਦੋਂ ਮਸਲਾ ਈਦ ਤੋਂ ਪਹਿਲੇ ਤੁਹਾਡੇ ਇਲਾਕੇ 'ਚ ਤੁਹਾਡੀ ਏਰੀਏ 'ਚ ਕੋਈ ਗੱਡੀ ਆਉਂਦੀ ਹੈ ਜਾਂ ਜਾਂਦੀ ਹੈ, ਅਤੇ ਉਹ ਫਿਰ ਤੁਹਾਡੀ ਮੁਸ਼ਾਵਰਤ ਨਾਲ ਉੱਥੇ ਭੇਜ ਜਾਂਦੇ ਕਿ ਤੁਹਾਨੂੰ ਵੀ ਕਿਰਾਇਆ ਬਚ ਜਾਏਗਾ, ਉਹਨਾਂ ਨੂੰ ਵਿਚਾਰਾਂ ਨੇ ਬਚ ਜਾਣ ਦੀ, ਠੀਕ ਹੋ ਗਿਆ ਦੋਸਤੋ। ਉਸ ਤੋਂ ਬਾਅਦ ਦੋਸਤੋ ਇਹ ਗਾਂ ਬਰਾਏ ਫਰੋਖਤ ਹੋ ਚੁੱਕੀ, ਯਾਨੀ ਕਿ ਫਰੋਖਤ ਹੋ ਗਈ, ਗਾਂ ਦੀ ਵੀਡੀਓ ਪਹਿਲੇ ਲਾਈ ਸੀ, 1-2 ਵੀਡੀਓ ਇਹਦੀ ਪਹਿਲੇ ਲੱਗੀਆਂ ਸਨ, ਕੋਈ ਦੋਸਤਾਂ ਨੇ ਵੇਖੀਆਂ ਹੋਣੀਆਂ ਨੇ, ਕੋਈ ਨੇ ਨਹੀਂ ਵੇਖੀ ਹੋਣੀ। ਦੋਸਤੋ ਇਹ ਗਾਂ ਫਰੋਖਤ ਹੋ ਗਈ ਹੈ, ਗਾਂ ਸੂਣ ਵਾਲੀ ਸੀ, ਮਾਸ਼ਾਅੱਲਾ ਬਹੁਤ ਆਲਾ ਜਾਨਵਰ ਸੀ, ਅਤੇ ਬਹੁਤ ਆਲਾ ਜਾਨਵਰ ਸੀ, ਅਤੇ ਵੱਡਾ ਜਾਨਵਰ ਸੀ, ਕਰਾਸ ਜਾਨਵਰ ਸੀ। ਦੋਸਤੋ ਐਸੀਆਂ ਗਾਵਾਂ ਗਵਾਲ ਵਾਲੇ ਲੈਂਦੇ ਨੇ, ਕਿਉਂ ਲੈਂਦੇ ਨੇ, ਇਹ ਦੁੱਧ ਦਿੰਦੀਆਂ, ਇਹਨਾਂ ਦੁੱਧ ਦਾ ਭਾਰ ਕਿਉਂ ਨਹੀਂ ਹੁੰਦਾ, ਇਹਨਾਂ ਗਰਮੀ ਦਾ ਭਾਰ ਨਹੀਂ ਹੁੰਦਾ, ਇਹ 12 ਮਹੀਨੇ ਦੁੱਧ ਦੇਂਦੀਆਂ ਰਹਿੰਦੀਆਂ ਨੇ, ਸੁੰਦਿਆਂ ਤੱਕ ਦੁੱਧ ਦੇਂਦੀਆਂ ਰਹਿੰਦੀਆਂ ਨੇ ਕਰਾਸ ਗਾਵਾਂ। ਅਤੇ ਬਾਕੀ ਦੋਸਤੋ ਅੱਲਾ ਪਾਕ ਭਾਈ ਰਨ ਨਸੀਬ ਕਰੇ, ਚੋਣੀ ਪੀਣੀ ਚੁਗਣੀ ਦੇ ਰਹੇ ਜੀ, ਖੈਰ ਵੀ ਆਫੀਅਤ ਨਾਲ ਲੈ ਜੇ। ਦੋਸਤੋ ਅੱਜ ਕੀਮਤ ਨਹੀਂ ਮੈਂ ਦੱਸਾਂ ਦਾ, ਕਿਉਂਕਿ ਭਾਈ ਹੋਰਾਂ ਲਈਏ, ਉਹ ਲੈਣ ਦੇਣ ਵੀ ਕਰਦੇ ਰਹਿੰਦੇ ਨੇ, ਠੀਕ ਹੈ। ਅਤੇ ਅੱਲਾ ਪਾਕ ਉਹਨਾਂ ਨੂੰ ਰੋਜ਼ੀ ਦੇ, ਰੱਜ ਦੇ, ਹੈ ਵੀ ਰੋਜ਼ੀ ਵਾਲੀ ਗਾਂ, ਬਹੁਤ ਰੋਜ਼ੀ ਵਾਲਾ ਜਾਂ ਗਾਂ ਵਾਲੀ ਕੱਚੀ ਹੈ। ਦੋਸਤੋ ਇਸ ਬੰਦੇ ਜਿਸ ਕੋਲ ਲਈਏ, ਯਕੀਨ ਮੰਨੋ ਉਹਦੇ ਪਿੰਡ ਵਾਲਿਆਂ ਇਸ ਗਾਂ ਦੀ ਗਵਾਹੀ ਦਿੰਦੇ ਰਹੇ, ਅਗਾਂ ਨੇ ਨਸੀਬ ਇਸ ਗਾਂ ਦੀ, ਉਸ ਪਿੰਡ ਵਾਲੇ ਮਤਲਬ ਖੋਲ੍ਹੀ ਨਾ ਨਾਲ ਵਾਲੇ ਘਰ ਸਨ, ਉਹਨਾਂ ਕਿਹਾ ਆਈ ਸਾਹਿਬ ਇਹਨਾਂ ਸਾਰਾ ਮਾਲ ਵੇਚ ਛੱਡਿਆ, ਨਾ ਟਰੈਕਟਰ ਵੇਚ ਛੱਡਿਆ, ਇਹਨਾਂ ਸਿਰਫ ਜ਼ਮੀਨ ਦੇ ਪੈਸੇ ਦੇਣੇ। ਨਾਲ ਜਦੋਂ ਇੱਕ ਬੰਦਾ ਕਰਦਾ, ਤੁਹਾਡੇ ਜੀ ਦੂਸਰੇ ਬੰਦੇ ਗਵਾਹੀ ਦਿੰਦੇ ਨਾ, ਉਹ ਗੱਲ ਸਮਝੋ ਕਨਫਰਮ ਹੈ। ਅਤੇ ਅੱਲਾ ਪਾਕ ਨਸੀਬ ਕਰੇ ਨੇ, ਇਹ ਇੱਕ ਹੋਰ ਘਰ ਨੂੰ ਮੈਂ ਰਿਕਮੈਂਡ ਕੀਤੀ ਸੀ, ਉਸ ਤੋਂ ਪਹਿਲੇ ਅਪਲੋਡ ਵੀ ਨਹੀਂ ਕੀਤੀ, ਉਹਨਾਂ ਦੇ ਮੁਕੱਦਰ ਜੇ ਲੈ ਗਏ ਨੇ ਅੱਲਾ ਪਾਕ ਉਹਨਾਂ ਨੂੰ ਰੋਜ਼ੀ ਦੇ ਅਤੇ ਰੱਜ ਦੇ। ਉਸ ਤੋਂ ਬਾਅਦ ਦੋਸਤੋ ਮੈਂ ਸਭ ਭਾਈਆਂ ਦਾ ਬਹੁਤ ਮਸ਼ਕੂਰ ਹਾਂ, ਬਹੁਤ ਮਸ਼ਕੂਰ ਹਾਂ, ਯਕੀਨ ਮੰਨੋ ਇਤਨੀ ਕੁ ਇੱਜ਼ਤ ਦੇ ਰਹੇ ਹੋ, ਤੁਸੀਂ ਲਾਈਕ ਕਰਦੇ ਹੋ, ਤੁਸੀਂ ਕਮੈਂਟ ਕਰਦੇ ਹੋ, ਯਾਰ ਬਹੁਤ ਅੱਛਾ ਲੱਗਦਾ, ਇਤਨੀ ਹੌਸਲਾ ਅਫਜ਼ਾਈ ਹੁੰਦੀ ਹੈ, ਯਕੀਨ ਮੰਨੋ ਕਿ ਅਸੀਂ ਤੁਹਾਡੇ ਸ਼ੁਕਰੀਆ ਵਾਸਤੇ ਸਾਡੇ ਕੋਲ ਅਲਫਾਜ਼ ਨਹੀਂ ਨੇ, ਠੀਕ ਹੈ। ਖਾਸ ਤੌਰ 'ਤੇ ਕੁਛ ਭਾਈ ਨੇ ਜੀ, ਅਰਸ਼ਦ ਸਾਹਿਬ ਨੇ ਫੈਸਲਾਬਾਦ ਤੋਂ, ਅੱਛਾ ਜੀ, ਰਾਜਾ ਜਾਨੀ ਜਰਮਨੀ, ਠੀਕ ਹੈ ਜੀ, ਸਰ ਬਹੁਤ ਸ਼ੁਕਰੀਆ, ਰਾਜਾ ਹੁਸੈਨ ਜਾਨੀ ਜਰਮੀ ਬਹੁਤ ਸ਼ੁਕਰੀਆ ਸਰ, ਹਰ ਵੀਡੀਓ 'ਤੇ ਲਾਈਕ ਕਮੈਂਟ ਹੁੰਦਾ ਨੇ। ਉਸ ਤੋਂ ਬਾਅਦ ਮਿਰਜ਼ਾ ਤਨਵੀਰ ਸਾਹਿਬ ਨੇ, ਉਹ ਤਾਂ ਸਾਡੇ ਉਂਝ ਹੀ ਦਿਲ ਦੇ ਟੁਕੜੇ ਨੇ, ਅੱਲਾ ਪਾਕ ਜ਼ਿੰਦਗੀ ਦੇ ਰਾਜਾ ਸਾਹਿਬ ਨੂੰ, ਮਿਰਜ਼ਾ ਤਨਵੀਰ ਸਾਹਿਬ ਨੂੰ ਜੀ, ਅਤੇ ਉਸ ਤੋਂ ਬਾਅਦ ਤਕੀਰ ਆਜ਼ਾਦ ਸਾਹਿਬ ਨੇ, ਸਰ ਯਕੀਨ ਮੰਨੋ ਐਸੇ ਬੰਦੇ ਨੇ ਕਿ ਬਿਲਾ ਮਤਲਬ ਬਿਲਾ ਤੱਲੋ ਹਰ ਵੀਡੀਓ 'ਤੇ ਲਾਈਕ, ਹਰ ਵੀਡੀਓ 'ਤੇ ਕਮੈਂਟ ਸਭ ਤੋਂ ਪਹਿਲੇ ਇਹਨਾਂ ਦੇ ਹੁੰਦੇ ਨੇ। ਸਰ ਬਹੁਤ ਸ਼ੁਕਰੀਆ, ਮੈਂ ਤਾਬੇਦਾਰ ਹਾਂ ਤੁਹਾਡਾ, ਅੱਲਾ ਪਾਕ ਤੁਹਾਨੂੰ ਸਿਹਤ ਦੇ, ਜ਼ਿੰਦਗੀ ਦੇ। ਫਰੂਕ ਅਲੀ ਭਾਈ, ਸਾਜਦ ਅਲੀ ਭਾਈ, ਰਿਜ਼ਵਾਨ ਅਬਾਸੀ, ਅਰਸ਼ਦ ਚੱਟਾ, ਅਨਾਇਤ ਖਾਨ ਸਾਹਿਬ, ਸਰ ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ ਸਰ, ਯਕੀਨ ਮੰਨੋ ਬੰਦੇ ਐਸੇ ਨੇ, ਮੈਂ ਵੀਡੀਓ ਨਾ ਸੈਂਡ ਕਰਾਂ, ਵੀਡੀਓ ਨਾ ਅਪਲੋਡ ਕਰਾਂ, ਇਮਰਾਨ ਭਾਈ ਤੁਹਾਡੀ ਵੀਡੀਓ ਨਹੀਂ ਆਈ, ਅਤੇ ਮੁਹੰਮਦ ਰਿਆਜ਼, ਉਸ ਤੋਂ ਬਾਅਦ ਇਮਰਾਨ ਖਾਨ, ਨਵੀਦ ਅੰਸਰ, ਆਤਿਫ ਫਾਰੂਕ, ਉਹ ਬੰਦਾ ਯਕੀਨ ਮੰਨੋ ਮੇਰੀ ਪਹਿਲੀ ਵੀਡੀਓ ਸੀ ਉਸ ਵਕਤ ਦਾ, ਕਮੈਂਟ ਕਰਦਾ, ਇਹਨਾਂ ਨੂੰ ਅਸੀਂ ਗਾਵਾਂ ਵੀ ਦਿੱਤੀਆਂ ਨੇ, ਅਤੇ ਇਹਨਾਂ ਕੋਲ ਤਕਰੀਬਨ ਸਾਰਾ ਮਾਲ ਸਾਡਾ, ਅਸਾਂ ਟੋਰਿਆ ਇਹਨਾਂ ਕੋਲ ਮਾਲ, ਜਿਤਨਾ ਇਹਨਾਂ ਕੋਲ ਜਾਨਵਰ, ਅਤੇ ਮਤਲਬ ਇੰਨਾ ਕੋਈ ਮਤਲਬ ਅਸੀਂ ਇੱਕ ਸੁਬਹਾ ਪੀ ਰਹਿੰਦੇ ਸਾਂ ਗਾਂ ਅੱਜ ਕੋਈ ਨਾ, ਅਤੇ ਉਹ ਅਗਲੇ ਸੁਬਹਾ ਤਿਆਰ ਹੁੰਦੀ ਸੀ, ਕਹਿੰਦੇ ਸਨ ਅਸਾਂ ਖੜਨੀ,
ਲੈ ਜਾਓ ਯਾਰ, ਹੈ ਤੁਸੀਂ ਲੈ ਜਾਓ, ਜਿਹੜਾ ਅਸੀਂ ਘਰ ਵਾਸਤੇ ਡੰਗਰ ਲੈਂਦਾ ਜੀ ਆਦਤ ਫਰੂਕ ਹੋਰੀ ਲੈ ਜਾਂਦੇ ਸਾਂ। ਅੱਛਾ ਜੀ, ਇਮਰਾਨ ਖਾਨ, ਰਾਣਾ ਬਸ਼ਾਰਤ ਅਲੀ ਜੀ, ਸਰ ਬਹੁਤ ਸ਼ੁਕਰੀਆ ਜੀ, ਸਈਦ ਮਾਨ, ਰਾਜਾ ਹੁਸੈਨ ਜਾਨੀ ਜਰਮਨੀ ਜੀ, ਅਸਦ ਅਲੀ ਜੀ, ਸਰ ਬਹੁਤ ਸ਼ੁਕਰੀਆ ਜੀ, ਹੁਸੈਨ ਹੈਦਰ ਅਮਾਨ, ਮੁਹੰਮਦ ਰਿਆਜ਼, ਅਫਜ਼ਾਲ ਅਹਿਮਦ, ਉਸ ਤੋਂ ਬਾਅਦ ਦਾਨਿਸ਼ ਖਾਨ ਜੀ, ਆਇਓ ਨਹੀਂ, ਉਸ ਤੋਂ ਬਾਅਦ ਚੌਧਰੀ ਆਫਤਾਬ ਆਰਫ ਸਾਹਿਬ ਜੀ ਫਰਾਮ ਜੇਹਲਮ ਜੀ, ਸਰ ਬਹੁਤ ਸ਼ੁਕਰੀਆ ਸਰ, ਲਾਈਕ ਕਮੈਂਟ ਕਰਦੇ ਹੋ ਬਹੁਤ ਅੱਛਾ ਲੱਗਦਾ ਜੀ। ਜਵਾਦ ਅਹਿਮਦ ਸਾਹਿਬ, ਇਨਾਮ ਖਾਨ ਸਾਹਿਬ, ਮਹਿਰਾਨ ਖਾਨ ਸਾਹਿਬ ਜੀ, ਮੁਹੰਮਦ ਸਫੀਰ ਜੀ, ਤੋਕੀਰ ਆਯਾਤ, ਅਤੇ ਉਸ ਤੋਂ ਬਾਅਦ ਬਹੁਤ ਸੇ ਦਾਨਿਸ਼ ਖਾਨ ਜੀ, ਸਰ ਬਹੁਤ ਸ਼ੁਕਰੀਆ ਸਰ, ਬਹੁਤ ਸ਼ੁਕਰੀਆ ਦੋਸਤੋ, ਅਤੇ ਯਕੀਨ ਮੈਨੂੰ ਬਹੁਤ ਹੌਸਲਾ ਅਫਜ਼ਾਈ ਹੁੰਦੀ, ਅੱਲਾਹ ਪਾਕ ਤੁਹਾਨੂੰ ਸਭ ਨੂੰ ਸਿਹਤ ਦੇ, ਜ਼ਿੰਦਗੀ ਦੇ, ਇੱਜ਼ਤ ਦੇ ਜੀ, ਅਤੇ ਬਹੁਤ ਅੱਛਾ ਲੱਗਦਾ ਯਾਰ, ਇਤਨੇ ਅੱਛੇ ਕਮੈਂਟ ਕਰਦੇ ਹੋ, ਲਾਈਕ ਕਰਦੇ ਹੋ ਹਰ ਵੀਡੀਓ, ਸਰ ਮਿਹਰਬਾਨੀ, ਇੱਕ ਵੀਡੀਓ ਤਾਂ ਮਾਸ਼ਾਅੱਲਾ ਸਾਡੀ 1100-1200 ਲਾਈਕ ਪੈ ਗਏ ਨੇ ਉਹਨੂੰ, ਅਲਹਮਦੁਲਿਲਾ, ਅਤੇ ਤੁਹਾਡੇ ਦੋਸਤਾਂ ਦੀ ਮੁਹੱਬਤ ਹੈ, ਤੁਸੀਂ ਦੋਸਤਾਂ ਮੁਹੱਬਤ ਦਿੱਤੀ ਹੈ, ਯਕੀਨ ਮੰਨੋ, ਅਤੇ ਇਨਸ਼ਾਅੱਲਾ ਸਾਡੀ ਹਰ ਵੀਡੀਓ 'ਤੇ 1000 ਲਾਈਕ ਤੋਂ ਜ਼ਿਆਦਾ ਹੋਣਾ ਕਰਨਾ, ਇਨਸ਼ਾਅੱਲਾ ਇਨਸ਼ਾਅੱਲਾ, ਜਿਸ ਤਰ੍ਹਾਂ ਇੰਜ ਤੁਹਾਡੇ ਦੋਸਤਾਂ ਦੀ ਮੁਹੱਬਤ ਰਹੀ, ਹਰ ਵੀਡੀਓ 'ਤੇ 1000 ਲਾਈਕ ਜ਼ਰੂਰ ਹੋਣਾ ਕਰਨਾ, ਇਨਸ਼ਾਅੱਲਾ ਇਨਸ਼ਾਅੱਲਾ, 1000 ਕਮੈਂਟ ਹੋਣਾ ਕਰਨਾ। ਅਗਲੀ ਵੀਡੀਓ ਤੱਕ ਇਜਾਜ਼ਤ ਚਾਹਵਾਂਗਾ ਦੋਸਤੋ, ਅਤੇ ਤਿੰਨ ਗਾਵਾਂ, ਤਿੰਨ ਮੱਝਾਂ ਇਸ ਟਾਈਮ ਖੜੀਆਂ ਦੋਸਤੋ, ਕਿਸੇ ਦੋਸਤ ਨੂੰ ਚਾਹੀਦੀ ਹੋਣ, ਵਟਸਐਪ, ਈਮੋ 'ਤੇ ਰਾਬਤਾ ਕਰ ਸਕਦਾ ਮੇਰੇ ਨਾਲ, ਨੰਬਰ ਸਾਡੇ ਡਿਸਕ੍ਰਿਪਸ਼ਨ ਦਿੱਤੇ ਹੁੰਦੇ ਨੇ, ਮੈਂ ਬੋਲ ਵੀ ਦਿੰਦਾ ਦੋਸਤੋ, ਲਿਖ ਵੀ ਲਓ 0341-692-3205, 0-398-3690-3690, ਅਤੇ ਮੇਰਾ ਨੰਬਰ ਵੀ ਨੋਟ ਕਰ ਲਓ ਸਾਊਦੀ ਅਰਬ ਦਾ, 0-58-050-53-83, ਅਤੇ ਦੋਸਤੋ ਇਨਸ਼ਾਅੱਲਾ ਕੁਛ ਦੋਸਤਾਂ ਦੇ ਨਾਮ ਰਹਿ ਗਏ ਨੇ, ਮੈਂ ਇਨਸ਼ਾਅੱਲਾ ਅਗਲੀ ਵੀਡੀਓ 'ਚ ਕਿਸੇ ਨਾ ਕਿਸੇ ਜ਼ਰੂਰ ਲਾਂਦਾ, ਮੈਂ ਤੁਹਾਡੀ ਵੀ ਹੌਸਲਾ ਅਫਜ਼ਾਈ ਕਰਾਂਗਾ, ਤੁਸੀਂ ਮੇਰੀ ਕਰਦੇ ਹੋ ਦੋਸਤੋ, ਬਹੁਤ ਸ਼ੁਕਰੀਆ, ਅੱਲਾ ਹਾਫਿਜ਼ ਜੀ, ਜਜ਼ਾਕ ਅੱਲਾ ਖੈਰ ਜੀ।